ਸਵਾਗਤ ਹੈ ਜੀ ਆਪ ਸਭ ਦਾ ਪੰਜਾਬੀ ਅਮੀਸ਼ੀ ਚੈਨਲ ਦੇ ਉੱਤੇ। ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਆ। ਲੈ ਕੇ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਨਵੀਆਂ ਤਾਜ਼ੀਆਂ ਖਬਰਾਂ। ਤਾਂ ਸ਼ੁਰੂ ਕਰਦੇ ਹਾਂ ਜੀ 18 ਤਰੀਕ ਦੀਆਂ ਕੁਝ ਖਾਸ ਖਬਰਾਂ ਦੇ ਨਾਲ, ਅਤੇ ਵੀਡੀਓ ਨੂੰ ਪੂਰੀ ਜ਼ਰੂਰ ਸੁਣੀਆਂ ਅਖੀਰ ਤੱਕ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਤਾ ਲੱਗ ਜਾਵੇ। ਅਤੇ ਜਿਹੜੇ ਵੀਰ ਆਪਣੇ ਪਹਿਲੀ ਵਾਰ ਆਉਂਦੇ ਨੇ ਸਵਾਗਤ ਹੈ, ਚੈਨਲ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਜ਼ਰੂਰ ਕਰ ਲਿਆ ਕਿਉਂਕਿ ਤੁਹਾਨੂੰ ਚੈਨਲ ਪਸੰਦ ਆਉਂਦਾ। ਚੱਲਦੇ ਹਾਂ ਜੀ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਵੱਲ। ਅੱਜ ਇੱਕ ਜਿਹੜੀ ਵੱਡੀ ਅਪਡੇਟ ਆ ਰਹੀ ਹੈਗੀ ਯੂਕਰਾਈਨ ਤੋਂ। ਯੂਕਰਾਈਨ ਦੇ ਜਿਹੜੇ ਹੋਮ ਮਿਨਿਸਟਰ ਆ ਡੈਨਸੀ, ਇਹਨਾਂ ਦਾ ਜਿਹੜਾ ਹੈ ਜੀ ਅੱਜ ਹੈਲੀਕਾਪਟਰ ਵਿੱਚ ਜਾ ਰਹੇ ਸੀਗੇ ਅਤੇ ਹੈਲੀਕਾਪਟਰ ਜਿਹੜਾ ਐਕਸੀਡੈਂਟ ਹੋ ਗਿਆ, ਕ੍ਰੈਸ਼ ਹੋ ਗਿਆ, ਜਿਹਦੇ ਕਰਕੇ ਅੱਜ ਇਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ। ਅਤੇ ਯੂਕਰਾਈਨ ਦੇ ਇਹ ਹੋਮ ਮਿਨਿਸਟਰ ਸੀਗੇ ਅਤੇ ਇਹ ਕਾਫੀ ਵੱਡਾ ਜਿਹੜਾ ਲੌਸ ਅੱਜ ਯੂਕਰਾਈਨ ਨੂੰ ਹੋਇਆ ਆ। ਕੀ ਪਤਾ ਕਰਨਾ ਹਾਲੇ ਬਾਕੀ ਹੈ ਬਈ ਇਹਨਾਂ ਦਾ ਕ੍ਰੈਸ਼ ਕਿਸ ਹਿਸਾਬ ਦੇ ਨਾਲ ਹੋਇਆ, ਕੋਈ ਅਟੈਕ ਕੀਤਾ ਗਿਆ ਜਾਂ ਕੋਈ ਨੈਚੁਰਲ ਤਰੀਕੇ ਦੇ ਨਾਲ ਕੋਈ ਅਟੈਕ ਹੋਇਆ ਜਾਂ ਅਨਨੈਚੁਰਲ ਤਰੀਕੇ ਦੇ ਨਾਲ ਕ੍ਰੈਸ਼ ਹੋਇਆ ਜਹਾਜ਼। ਅਤੇ ਦੱਸ ਦਈਏ ਜੀ ਇਹ ਵੈਸੇ ਰੋਮਾ ਵਿੱਚ ਵੀ ਜਿਹੜੇ ਮਿਨਿਸਟਰ ਆ ਕੰਮ ਕਰ ਚੁੱਕੇ, ਇੱਥੇ ਦੇ ਪਹਿਲਾਂ ਅੰਬੈਸਡਰ ਸੀਗੇ ਅਤੇ ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਹੋਮ ਮਿਨਿਸਟਰ ਬਣੇ ਆ। ਅਤੇ ਇਸ ਤੋਂ ਬਾਅਦ ਅੱਜ ਪੁਤਿਨ ਹੁਣਾਂ ਦਾ ਬਿਆਨ ਆਇਆ ਇੱਕ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਜਿਹੜੀ ਇਹ ਲੜਾਈ ਆ ਇਹ ਲੜਾਈ ਰਸ਼ੀਆ ਨੇ ਹੀ ਜਿੱਤਣੀ ਆ, ਯੂਕਰਾਈਨ ਦੇ ਜਿੱਤਣ ਦਾ ਕੋਈ ਵੀ ਜਿਹੜਾ ਇਹਦੇ ਵਿੱਚ ਚਾਂਸ ਨਹੀਂ ਗਾ। ਪੁਤਿਨ ਨੇ ਗੱਲ ਸਾਫ਼ ਕੀਤੀ ਹੈ ਵੀ ਰਸ਼ੀਆ ਨੂੰ ਹਰਾਉਣਾ ਜਿਹੜਾ ਆ ਨਾਮੁਮਕਿਨ ਆ, ਵੀ ਸਾਡੇ ਇਸ ਹਿਸਾਬ ਦੇ ਨਾਲ ਸਾਡੀ ਜਿਹੜੀ ਹਾਰ ਆ ਸਾਨੂੰ ਨਹੀਂ ਮਨਜ਼ੂਰ ਹੈਗੀ ਅਤੇ ਨਾ ਹੀ ਸਾਡੀ ਹਾਰ ਸਾਨੂੰ ਹਰਾ ਸਕਦਾ ਯੂਕਰਾਈਨ। ਅਤੇ ਯੂਕਰਾਈਨ ਦੇ ਵਿੱਚ ਜਿਹੜਾ ਹੈ ਜੀ ਇਹਨਾਂ ਦੇ ਕੋਲ ਏਅਰ ਡਿਫੈਂਸ ਸਿਸਟਮ ਜਿਹੜਾ ਯੂਕਰਾਈਨ ਦੇ ਕੋਲ ਨਹੀਂ ਗਾ, ਅਤੇ ਏਅਰ ਡਿਫੈਂਸ ਸਿਸਟਮ ਨਾ ਹੋਣ ਦੇ ਕਾਰਨ ਜਿਹੜੀ ਵੀ ਮਿਸਾਈਲ ਉੱਤੋਂ ਆਉਂਦੀ ਆ ਉਹ ਜਿਹੜੀ ਆ ਕੇ ਬਿਲਡਿੰਗਾਂ ਵਿੱਚ ਟਕਰਾ ਜਾਂਦੀ ਆ। ਜਦਕਿ ਹੁਣ ਆਪਾਂ ਇਟਲੀ ਦੀ ਜੇਕਰ ਗੱਲ ਕਰ ਲਈਏ, ਇਟਲੀ ਦੇ ਕੋਲ ਏਅਰ ਡਿਫੈਂਸ ਸਿਸਟਮ ਜਿਹੜਾ ਲੱਗਾ ਹੋਇਆ ਆ। ਹੁਣ ਇਟਲੀ ਦੇ ਕੋਲ ਜਿਹੜਾ ਆ ਜੀ ਏਅਰ ਡਿਫੈਂਸ ਸਿਸਟਮ ਦੇ ਜਿਹੜੀਆਂ 5 ਬੈਂਟਰੀਜ਼ ਆ, ਇਹ ਬੈਂਟਰੀ ਜਿਹੜੀਆਂ ਆ ਹੁੰਦੀਆਂ ਆ ਜਿਹੜੀ ਏਅਰ ਡਿਫੈਂਸ ਸਿਸਟਮ ਆਪਣੇ ਇੰਡੀਆ ਨੇ ਵੀ ਲਾਇਆ ਆ S-400 ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜਾ ਇੰਡੀਆ ਪਾਕਿਸਤਾਨ ਬਾਰਡਰ ਦੇ ਉੱਤੇ ਇੰਡੀਆ ਨੇ ਫਿੱਟ ਕੀਤਾ ਆ, ਕਿ ਬਹੁਤ ਤਕੜਾ ਜਿਹੜਾ ਇੱਕ ਏਅਰ ਡਿਫੈਂਸ ਸਿਸਟਮ ਆ, ਉਹਦੇ ਨਾਲ ਜਿਹੜੀ ਕੋਈ ਵੀ ਮਿਸਾਈਲ ਦਾ ਹਮਲਾ ਜਿਹੜਾ ਆ ਪੰਜਾਬ ਉੱਤੇ ਜਾਂ ਇੰਡੀਆ ਉੱਤੇ ਉਸ ਪਾਸੇ ਨਹੀਂ ਹੋ ਸਕਦਾ। ਇਹਨਾਂ ਵਿੱਚ ਰਡਾਰ ਲੱਗੀ ਹੁੰਦੀ ਆ, ਸੋ ਜਿਸ ਵਕਤ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਮਿਸਾਈਲ ਕੋਈ ਆ ਗਈ ਹੈ ਅਤੇ ਇਹ ਪਹਿਲਾਂ ਹੀ ਜਿਹੜੇ ਆ ਮਿਸਾਈਲ ਦੇ ਜਿਹੜੇ ਆ ਉੱਤੇ ਹਮਲਾ ਕਰਨ ਵਾਸਤੇ ਅੰਦਰੋਂ ਇਹਦੀ ਹੋਰ ਮਿਸਾਈਲਾਂ ਨਿਕਲਦੀਆਂ ਜਿਹੜੀਆਂ ਕਿ ਹਵਾ 'ਚ ਆ ਤਬਾਹ ਕਰ ਦਿੰਦੀਆਂ ਚੀਜ਼ ਨੂੰ। ਜਿਹੜਾ ਆਪਣਾ S-400 ਜਿਹੜਾ ਆ ਉਹ ਕਾਫੀ ਜ਼ਿਆਦਾ ਪਾਵਰ ਵਾਲਾ ਕਿਉਂਕਿ ਰਸ਼ੀਆ ਨੇ ਜਿਹੜਾ ਤਿਆਰ ਕੀਤਾ ਆ, ਅਤੇ ਉਹਨਾਂ ਬਸ ਸਮੇਂ ਵਿੱਚ S-500 ਜਿਹੜਾ ਆ ਉਹ ਵੀ ਜਿਹੜਾ ਤਿਆਰ ਰਸ਼ੀਆ ਕੋਲ ਹੈਗਾ ਅਤੇ ਇੰਡੀਆ ਕੋਲ ਵੀ ਜਿਹੜਾ ਆ ਜਾਣਾ ਆ। ਹੁਣ ਵਾਪਸ ਆਉਂਦੇ ਇਟਲੀ ਦੇ ਕੋਲ, ਇਟਲੀ ਦੇ ਕੋਲ ਇਸ ਵਕਤ 5 ਬੈਂਟਰੀਜ਼ ਆ ਜਿਹੜੀਆਂ ਕਿ ਏਅਰ ਡਿਫੈਂਸ ਸਿਸਟਮ ਜਿਹੜਾ ਕੰਟਰੋਲ ਕੀਤਾ ਹੋਇਆ ਜਿਨ੍ਹਾਂ ਨੇ। ਅਤੇ ਇਟਲੀ ਵਿੱਚ ਜਿਹੜੀ ਆ ਯੂਕਰਾਈਨ ਮੰਗ ਰਹੇ ਆ ਵੀ ਸਾਨੂੰ ਵੀ ਜਿਹੜਾ ਤੁਸੀਂ ਆਪਣਾ ਜਿਹੜਾ ਕੋਈ ਸਿਸਟਮ ਸਾਨੂੰ ਇਹ ਦਿੱਤਾ ਜਾਵੇ। ਹੁਣ ਜੇਕਰ ਇਟਲੀ 5 ਵਿੱਚੋਂ 1 ਬੈਂਟਰੀ ਵੀ ਜਿਹੜੀ ਦਿੰਦਾ ਆ, 1 ਬੈਂਟਰੀ ਦਾ ਮਤਲਬ ਹੁੰਦਾ ਹੈ ਜੀ ਵੀ ਜਿਹਦੇ ਵਿੱਚ 4 ਜਿਹੜੇ ਆ ਖਾਨੇ ਲੱਗੇ ਹੁੰਦੇ, ਜਿਹਨਾਂ ਵਿੱਚ ਮਸਾਈਲਾਂ ਜਿਹੜੀਆਂ ਭਰੀਆਂ ਜਾਂਦੀਆਂ। 1 ਬੈਂਟਰੀ ਜਿਹੜਾ ਪੂਰੇ ਟਰੱਕ ਹੁੰਦੇ ਇਹਨਾਂ ਦਾ ਇੱਕ ਗਰੁੱਪ ਹੁੰਦਾ ਜਿਹਨੂੰ ਬੈਂਟਰੀ ਕਿਹਾ ਜਾਂਦਾ ਆ। ਅਤੇ ਜੇਕਰ ਹੁਣ 5 ਵਿੱਚੋਂ ਇਟਲੀ 1 ਵੀ ਜਿਹੜਾ ਦੇ ਕੇ ਦਿੰਦਾ ਆ ਯੂਕਰਾਈਨ ਨੂੰ, ਇਹਦੇ ਨਾਲ ਪ੍ਰੋਬਲਮ ਇਹ ਨਾ ਇਟਲੀ ਦਾ ਜਿਹੜਾ ਆਪਣਾ ਜਿਹੜਾ ਡਿਫੈਂਸ ਸਿਸਟਮ ਆ ਉਹ ਕਮਜ਼ੋਰ ਹੋ ਜਾਣਾ ਪਹਿਲਾਂ ਨਾਲੋਂ ਵੀ। ਜਿਹੜੇ ਇਟਲੀ ਦੇ ਪੁਰਾਣੇ ਜਿਹੜੇ ਮਿਲਟਰੀ ਦੇ ਜਨਰਲ ਜਿਹੜੇ ਆ ਲਿਓਨਾਰਦੋ ਤ੍ਰਿਕਾਰਿਕੋ, ਇਹਨਾਂ ਵੱਲੋਂ ਦੱਸਿਆ ਗਿਆ ਵੀ ਅਸੀਂ ਜੇਕਰ ਹੁਣ ਯੂਕਰਾਈਨ ਨੂੰ ਕੁਝ ਵੀ ਆਪਾਂ ਦਿੰਦੇ ਹਾਂ ਐਸਾ, ਤਾਂ ਇਟਲੀ ਦਾ ਡਿਫੈਂਸ ਸਿਸਟਮ ਉਹਦੇ ਨਾਲ ਕਾਫੀ ਕਮਜ਼ੋਰ ਹੋਣਾ ਆ, ਅਤੇ ਇਹ ਜਿਹੜੀ ਲੜਾਈ ਆ ਰਸ਼ੀਆ ਦੇ ਨਾਲ ਲੱਗੀ ਹੋਈ ਆ, ਜਿਹਦੇ ਵਿੱਚ ਇਟਲੀ ਨੂੰ ਐਸਾ ਕੋਈ ਵੀ ਰਿਸਕ ਜਿਹੜਾ ਨਹੀਂ ਲੈਣਾ ਚਾਹੀਦਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਗਲੀ ਖਬਰ ਦੀ। ਅਗਲੀ ਅਪਡੇਟ ਆਪਣੀ ਆ ਰਹੀ ਹੈ ਮੈਲੋਨੀ ਹੁਣਾਂ ਤੋਂ। ਕੁਝ ਦਿਨ ਪਹਿਲਾਂ ਤੁਹਾਨੂੰ ਅਸੀਂ ਖਬਰ ਦੱਸੀ ਸੀ ਇੱਕ, ਜਿਹਦੇ ਵਿੱਚ ਇੱਕ ਵੋਟਾਂ ਦੇ ਹਿਸਾਬ ਦੇ ਨਾਲ ਕਾਊਂਟ ਕੀਤਾ ਗਿਆ ਸੀ ਵੀ ਜੇਕਰ ਵੋਟਾਂ ਇਟਲੀ ਵਿੱਚ ਕੀਤੀਆਂ ਜਾਂਦੀਆਂ, ਇੱਕ ਸੁੰਦਾਜੀ ਜਿਹੜੇ ਕਰਾਏ ਜਾਂਦੇ ਆ ਜਿਹੜੀਆਂ ਐਗਜ਼ਿਟ ਪੋਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜੇ ਕਿ ਨਿਊਜ਼ ਚੈਨਲ ਅਕਸਰ ਇੰਡੀਆ ਤੁਸੀਂ ਦੇਖਦੇ ਕਰਦੇ ਆ, ਉਸ ਹਿਸਾਬ ਦੇ ਨਾਲ ਅਤੇ ਇਟਲੀ ਵਿੱਚ ਉਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪੈ ਰਹੀਆਂ ਪੂਰੀਆਂ। ਪਰ ਜੇਕਰ ਯੂਰਪ ਲੈਵਲ 'ਤੇ ਆਪਾਂ ਗੱਲ ਕਰੀਏ ਤਾਂ ਯੂਰਪ ਲੈਵਲ 'ਤੇ ਜਿਹੜੇ ਜੋਰਜੀਆ ਮੈਲੋਨੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਜਾ ਰਿਹਾ, ਅਤੇ ਸਭ ਤੋਂ ਵੱਧ ਐਪਰੀਸ਼ੀਏਟ ਜਿਹੜਾ ਯੂਰਪ ਵਿੱਚ ਜੋਰਜੀਆ ਮੈਲੋਨੀ ਨੂੰ ਕੀਤਾ ਗਿਆ, ਜਿਸ ਵਕਤ ਪੂਰੇ ਯੂਰਪ ਦੀਆਂ ਕੁਝ ਵੋਟਾਂ ਸੁੰਦਾਜੀ ਕਰਾਈ ਗਏ। ਅਤੇ ਦੁਨੀਆ ਵਿੱਚ 4 ਨੰਬਰ 'ਤੇ ਜਿਹੜੇ ਆ ਇਹਨਾਂ ਨੂੰ ਰੈਂਕ ਮਿਲਿਆ ਆ, ਵੀ ਬਹੁਤ ਹੋਰ ਵੀ ਦੇਸ਼ ਜਿਹੜੇ ਆ ਇਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਆ ਐਜ਼ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ, ਅਤੇ ਜਿਹੜੇ ਜੋਏ ਬਾਈਡਨ ਜਿਹੜੇ ਆ ਉਹਨਾਂ ਤੋਂ ਇਹ ਅੱਗੇ ਨਿਕਲ ਗਏ ਆ ਵਰਲਡ ਲੈਵਲ 'ਤੇ। ਅਤੇ ਇਹ ਜਿਹੜੀਆਂ ਵਰਲਡ ਲੈਵਲ ਦੀਆਂ ਵੋਟਾਂ ਹੁੰਦੀਆਂ ਜੀ, ਇਹ ਜਿਹੜੀਆਂ ਵੋਟਾਂ ਆ ਗਲੋਬਲ ਲੀਡਰ ਅਪਰੂਵਲ ਟਰੈਕਰ ਦੇ ਹਿਸਾਬ ਦੇ ਨਾਲ ਮੋਰਨਿੰਗ ਕੰਸਲਟ ਜਿਹੜੀ ਅਮੈਰੀਕਾ ਦੀ ਜਿਹੜੀ ਸੁਸਾਇਟੀ ਆ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ। ਅਤੇ ਉਹਨਾਂ ਦੀ ਵੋਟਿੰਗ ਦੇ ਹਿਸਾਬ ਨਾਲ ਇਟਲੀ ਜਿਹੜੀ ਯੂਰਪ ਵਿੱਚ ਸਭ ਤੋਂ ਵੱਧ ਜਿਹੜਾ ਆ ਪਸੰਦ ਲੋਕ ਇਹਨਾਂ ਨੂੰ ਇਸ ਵਕਤ ਕਰ ਰਹੇ ਆ। ਅਤੇ ਜੇਕਰ ਆਪਾਂ ਪੂਰੇ ਲਿਸਟ ਦੀ ਗੱਲ ਕਰੀਏ ਉਹਦੇ ਵਿੱਚ ਜਿਹੜੇ ਪਹਿਲੇ ਨੰਬਰ 'ਤੇ ਜਿਹੜੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਬੰਦੇ ਆ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ। ਇਸ ਵਕਤ ਪੂਰੇ ਵਰਲਡ ਦੀਆਂ ਵੋਟਾਂ ਕਰਾਈਆਂ ਜਾਂਦੀਆਂ, 76% ਵੋਟਾਂ ਜਿਹੜੀਆਂ ਆ ਮੋਦੀ ਉਹਨਾਂ ਨੂੰ ਗਈਆਂ। ਦੂਜੇ ਨੰਬਰ 'ਤੇ ਜਿਹੜੇ ਆਂਦਰੇਸ ਮਾਨੂਅਲ ਲੋਪਸ ਜਿਹੜੇ ਆ, ਤੀਜੇ 'ਤੇ ਐਂਥੋਨੀ ਅਲਬਾਨੇਜ਼ੇ, ਅਤੇ ਚੌਥੇ 'ਤੇ ਜਿਹੜੇ ਆ ਆਪਣੇ
ਮੌਸਮ ਦੀ ਗੱਲ ਕਰੀਏ, ਮੌਸਮ ਜਿਹੜਾ ਇਹਨਾਂ ਦਿਨਾਂ ਵਿੱਚ ਇਟਲੀ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਠੰਡ ਹੋਣ ਵਾਲੀ ਹੈ, ਅਤੇ ਤੁਹਾਨੂੰ ਆਪਾਂ ਕੱਲ੍ਹ ਵਿਰਚੁਅਲੀ ਦੱਸਿਆ ਸੀਗਾ ਵੀ ਕਈ ਇਲਾਕਿਆਂ 'ਚ ਬਰਫਬਾਰੀ ਦਾ ਮੌਸਮ ਅਲਰਟ ਜਾਰੀ ਕੀਤਾ ਹੋਇਆ ਆ, ਅਤੇ ਅੱਜ ਵੀ ਜਿਹੜੇ ਆ ਕਈ ਇਲਾਕਿਆਂ ਵਿੱਚ ਜਿਹੜੇ ਅਲਰਟ ਆ ਜਾਰੀ ਕੀਤੇ ਸੀਗੇ, ਅਤੇ ਅੱਜ ਠੰਡੀਆਂ ਹਵਾਵਾਂ ਚੱਲੀਆਂ ਆ, ਕਾਫੀ ਠੰਡ ਹੋਈ ਹੈ, ਕਾਫੀ ਪਾਸੇ ਜਿਹੜੀ ਬਾਰਿਸ਼ ਹੋਈ ਆ, ਅਤੇ ਕਈ ਡੈਮੇਜ ਵੀ ਇਟਲੀ ਵਿੱਚ ਜਿਹੜੇ ਇਹਦੇ ਕਰਕੇ ਹੋਏ ਆ, ਅਤੇ ਕਈ ਪਾਸੇ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਕਾਫੀ ਦਰਖਤ ਡਿੱਗੇ ਆ, ਕਈਆਂ ਘਰਾਂ ਦੇ ਉੱਤੇ ਜਿਹੜੀਆਂ ਛੱਤਾਂ ਹੁੰਦੀਆਂ ਉਹਨਾਂ ਦਾ ਨੁਕਸਾਨ ਹੋ ਗਿਆ, ਕਿਉਂਕਿ ਮਾਲ ਟੈਂਪੋ ਹੋਣ ਦੇ ਕਾਰਨ ਕਾਫੀ ਪਾਸੇ ਜਿਹੜੇ ਅਲਰਟ ਜਾਰੀ ਸੀਗਾ ਉਹਨਾਂ ਵਿੱਚ ਨੁਕਸਾਨ ਕੀਤਾ ਅੱਜ ਤੇਜ਼ ਹਵਾਵਾਂ ਨੇ, ਤੇਜ਼ ਤੂਫਾਨਾਂ ਨੇ, ਅਤੇ ਬਾਕੀ ਸਾਊਥ ਇਲਾਕਿਆਂ ਵਿੱਚ ਠੰਡ ਜਿਹੜੀ ਹੈ ਕਾਫੀ ਪੈ ਰਹੀ ਆ, ਅਤੇ ਨੌਰਥ ਇਲਾਕੇ ਦੇ ਵਿੱਚ ਵੀ ਅੱਜ ਜਿਹੜੀ ਆ ਕਾਫੀ ਠੰਡੀ ਜਿਹੜੀਆਂ ਹਵਾਵਾਂ ਚੱਲੀਆਂ, ਅਤੇ ਅੱਜ ਨੌਰਥ ਇਲਾਕੇ ਦੇ ਵਿੱਚ ਕਈ ਪਾਸੇ ਬਰਫਬਾਰੀ ਜਿਹੜੀ ਆ ਹੋ ਚੁੱਕੀ ਆ, ਅਤੇ ਆਉਣ ਵਾਲਾ ਜਿਹੜਾ ਟੈਂਪਰੇਚਰ ਜਿਹੜਾ ਕਈ ਦਿਨ ਜਿਹੜੇ ਹਾਲੇ ਹੈਗੇ ਆ ਇਹਦੇ ਵਿੱਚ ਠੰਡ ਲਗਾਤਾਰ ਜਿਹੜੀ ਆ ਹੋਰ ਵਧਣੀ ਆ, ਅਤੇ ਬਾਕੀ ਕੱਲ੍ਹ ਨੂੰ ਵੀ ਜਿਹੜਾ ਆ ਕਈਆਂ ਪਾਸਿਆਂ ਯੈਲੋ ਅਲਰਟ ਅਤੇ ਔਰੇਂਜ ਅਲਰਟ ਜਿਹੜਾ ਆ ਜਾਰੀ ਆ। ਇਸ ਤੋਂ ਬਾਅਦ ਜਿਹੜੀ ਪਹਿਲਾਂ ਤੁਹਾਨੂੰ ਖਬਰ ਦੱਸੀ ਸੀ ਸ਼ੁਰੂਆਤ ਦੇ ਵਿੱਚ ਵੀ ਜਿਹੜਾ ਅੱਜ ਹੈਲੀਕਾਪਟਰ ਕ੍ਰੈਸ਼ ਹੋਇਆ ਯੂਕਰਾਇਨ ਦਾ, ਉਹ ਜਿਹੜਾ ਕ੍ਰੈਸ਼ ਹੋਇਆ ਇੱਕ ਅਜ਼ੀਲੋ ਉੱਤੇ ਜਿਹਦੇ ਥੱਲੇ ਬੱਚੇ ਪੜ੍ਹ ਰਹੇ ਸੀਗੇ, ਅਤੇ ਅੰਦਰ 14 ਬੱਚੇ ਵੀ ਮਰ ਗਏ ਜਿਹੜੇ ਥੱਲੇ ਅੰਦਰ ਪੜ੍ਹ ਰਹੇ ਸੀਗੇ ਆਪਣੀ ਕਲਾਸ ਦੇ ਵਿੱਚ। ਇਸ ਤੋਂ ਬਾਅਦ 'ਚ ਗੱਲ ਕਰਦੇ ਹਾਂ ਅਗਲੀ ਅਪਡੇਟ ਦੀ, ਬੋਨਸ ਮੋਬਿਲੀ ਜਿਹੜਾ ਇਹਦੇ ਬਾਰੇ ਆਪਾਂ ਨੂੰ ਇਨਫੋਰਮੇਸ਼ਨ ਮੰਗੀ ਸੀਗੀ। ਇਹ ਬੋਨਸ ਮੋਬਿਲੀ ਜਿਹੜਾ ਕੌਣ ਕੌਣ ਬੰਦਾ ਅਪਲਾਈ ਇਹਨੂੰ ਕਰ ਸਕਦਾ, ਕਿਉਂਕਿ ਇਹ ਦੁਬਾਰਾ ਫਿਰ ਤੋਂ ਵੈਲਿਡ ਕਰ ਦਿੱਤਾ ਗਿਆ ਆ। ਇਹ ਜਿਹੜਾ ਬੋਨਸ ਮੋਬਿਲੀ ਜਿਹੜਾ ਆ ਇਹ 8,000 ਯੂਰੋ ਤੱਕ ਦਾ ਬੋਨਸ ਜਿਹੜਾ ਹੁੰਦਾ ਆ, ਅਤੇ ਇਹ ਤੁਹਾਨੂੰ ਜਿਹੜਾ ਪੈਸਾ 8,000 ਯੂਰੋ ਤੱਕ ਮੈਕਸੀਮਮ ਜਿਹੜਾ ਆ ਵਾਪਸ ਜਿਹੜਾ ਆ ਆਉਂਦਾ ਆ ਮੋਦੈਲੋ ਸਿੱਧੇ ਤਿੰਨ ਦੇ ਤੁਸੀਂ ਆਪਣਾ ਅਪਲਾਈ ਕਰਦੇ ਹੋ ਉਹਦੇ ਵਿੱਚ, ਅਤੇ ਬਾਕੀ ਤੁਹਾਨੂੰ ਸਰਕਾਰ ਵੱਲੋਂ ਕੋਈ ਕਹਿ ਦਈਏ ਤੁਹਾਨੂੰ ਬੋਨਸ ਆਉਣਾ ਉੱਦਾਂ ਨਹੀਂ ਹੁੰਦਾ ਇਹ, ਅਤੇ ਬਾਕੀ ਜਿਹੜਾ ਬੋਨਸ ਮੋਬਿਲੀ ਜਿਹੜਾ ਆ ਜੀ ਇਹਦੇ ਵਿੱਚ ਇੱਦਾਂ ਨਹੀਂ ਹੈਗਾ ਵੀ ਕੋਈ ਤੁਹਾਨੂੰ ਹੱਕ ਹੈਗਾ ਜੇ ਤੁਹਾਨੂੰ ਹੱਕ ਨਹੀਂ ਗਾ, ਤੁਸੀਂ ਬੋਨਸ ਮੋਬਿਲੀ ਲੈ ਸਕਦੇ ਆ, ਤੁਸੀਂ ਜੇ ਰਿਪੇਅਰ ਆਪਣੀ ਕਰਾਉਣੀ ਆ ਘਰ ਦੀ ਜਾਂ ਹੋਰ ਕੰਮ ਕਰਨੇ ਆ ਜਿਹੜਾ ਕਿ ਇਸ ਚੀਜ਼ ਦੇ ਨਾਲ ਰਿਲੇਟਡ ਹੈਗੀਆਂ ਚੀਜ਼ਾਂ ਉਹਦੇ ਵਿੱਚ ਤੁਹਾਨੂੰ ਬੋਨਸ 'ਤੇ ਅਪਲਾਈ ਹੋ ਜਾਂਦਾ ਆ। ਹੁਣ ਤੁਹਾਨੂੰ ਦੱਸ ਦਿੰਦੇ ਵੀ ਤੁਸੀਂ ਕਾਹਦੇ ਵਾਸਤੇ ਇਹ ਜਿਹੜਾ ਬੋਨਸ ਆ ਲੈ ਸਕਦੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਆਉਂਦੀਆਂ। ਇਹ ਬੋਨਸ ਮੋਬਿਲੀ ਆ, ਸੋ ਮੋਬਿਲੀ ਜਿਹੜੀਆਂ ਜਿੰਨੀਆਂ ਚੀਜ਼ਾਂ ਘਰ ਦੀਆਂ ਤੁਹਾਡਾ ਫਰਨੀਚਰ ਆ ਉਹਨੂੰ ਕਿਹਾ ਜਾਂਦਾ ਆ, ਤੁਸੀਂ ਕੋਈ ਇਲੈਕਟ੍ਰੋ ਡੋਮੈਸਟਿਕ ਹੀ ਲੈਂਦੇ ਆ, ਇਲੈਕਟ੍ਰੋ ਡੋਮੈਸਟਿਕ ਕੋਈ ਇਲੈਕਟ੍ਰਿਕ ਸਮਾਨ, ਵਾਸ਼ਿੰਗ ਮਸ਼ੀਨ, ਫਰਿੱਜ, ਜੋ ਵੀ ਆ ਇਹਦੇ ਵਿੱਚ ਤੁਸੀਂ ਬੈੱਡ ਲੈ ਲਓ, ਅਰਮਾਰੀਓ ਜਿਹੜੇ ਅਲਮਾਰੀ ਵਗੈਰਾ ਹੁੰਦੀ ਆ, ਲਾਇਬ੍ਰੇਰੀ ਹੁੰਦੇ ਆ, ਟੇਬਲ ਹੁੰਦੇ ਆ, ਕੁਰਸੀਆਂ ਹੁੰਦੀਆਂ ਆ, ਸੋਫੇ ਹੁੰਦੇ ਆ, ਗੱਦੇ ਹੁੰਦੇ ਆ, ਇਹਨਾਂ ਚੀਜ਼ਾਂ 'ਤੇ ਤੁਹਾਨੂੰ ਜਿਹੜਾ ਬੋਨਸ ਮੋਬਿਲੀ ਮਿਲ ਸਕਦਾ। ਬਾਕੀ ਜਿਹੜੇ ਦਰਵਾਜ਼ੇ ਹੁੰਦੇ ਆ ਜਾਂ ਤੁਸੀਂ ਜੇ ਫਰਸ਼ ਲਵਾਉਣੀ ਆ, ਪਰਦੇ ਲਵਾਉਣੇ ਜਾਂ ਬਾਹਰਲੇ ਜਿਹੜੇ ਬਾਲਕੋਨੀ ਵਿੱਚ ਪਰਦੇ ਲੱਗਦੇ ਆ ਉਹ ਨਹੀਂ ਇਹਦੇ ਵਿੱਚ ਇਨਕਲੂਡ ਹੈਗੇ। ਉਸ ਤੋਂ ਇਲਾਵਾ ਤੁਸੀਂ ਜਿਹੜੇ ਜੇਕਰ ਫਰਿੱਜ ਲੈਣੀ ਆ, ਵਾਸ਼ਿੰਗ ਮਸ਼ੀਨ ਲੈਣੀ ਆ, ਜਿਹੜਾ ਸੁਕਾਉਣ ਵਾਲੀ ਹੁੰਦੀ ਕੱਪੜੇ ਉਹ ਲੈਣਾ ਆ, ਜਾਂ ਜਿਹੜੇ ਫ੍ਰੀਜ਼ਰ ਜਿਹੜੇ ਹੁੰਦੇ ਆ ਉਹ ਲੈਣੇ ਆ, ਭਾਂਡੇ ਧੋਣ ਵਾਲਾ ਲੈਣਾ ਆ, ਜਿਹੜੀਆਂ ਗਰਮ ਹੋਣ ਵਾਲੀਆਂ ਪਲੇਟਾਂ ਹੁੰਦੀਆਂ ਉਹ ਲੈਣੀਆਂ ਤੁਸੀਂ, ਜਾਂ ਤੁਸੀਂ ਰਿਸਕਾਲ ਦਾ ਮੇਨ ਤੋਂ ਉਹਦਾ ਕੋਈ ਚਲਾਇਆ, ਤੁਸੀਂ ਹੀਟਰ ਲੈਣਾ ਆ, ਜਾਂ ਪੱਖਾ ਲੈਣਾ ਆ, ਜਾਂ ਤੁਸੀਂ ਕੋਈ ਏਸੀ ਲਾਉਣਾ ਆ, ਇਹਦੇ ਵਾਸਤੇ ਤੁਸੀਂ ਜਿਹੜਾ ਆ ਇਸ ਚੀਜ਼ ਨੂੰ ਬੋਨਸ ਤੁਹਾਨੂੰ ਮਿਲ ਸਕਦਾ, ਅਪਲਾਈ ਹੋ ਸਕਦਾ। ਪਰ ਇਹਦੇ ਵਿੱਚ ਇੱਕ ਸ਼ਰਤ ਇਹ ਹੈ ਵੀ ਜਿਹੜੀ ਤੁਸੀਂ ਚੀਜ਼ ਲੈਣੀ ਆ ਉਹ ਜਿਹੜੀ ਆ ਏ ਕਲਾਸ ਹੋਵੇ ਚੀਜ਼, ਯਾਨੀ ਕਿ ਜਿਹੜੀ ਐਨਰਜੀ ਜਿਹੜੀ ਐਨਰਜੀ ਦੀ ਉਹਦੀ ਕਲਾਸ ਹੈ ਉਹ ਏ ਹੋਵੇ, ਏ ਤੋਂ ਥੱਲੇ ਨਾ ਹੋਵੇ। ਜੇਕਰ ਤੁਸੀਂ 4 ਨੂੰ ਲੈਣੀ ਆ ਫੋਰ ਐਗਜ਼ਾਮਪਲ, ਤਾਂ ਉਹ ਏ ਕਲਾਸ ਦੀ ਹੋਣੀ ਚਾਹੀਦੀ ਆ। ਜੇ ਤੁਸੀਂ ਵਾਸ਼ਿੰਗ ਮਸ਼ੀਨ ਲੈਣੀ ਆ ਤਾਂ ਉਹ ਹੱਦ ਈ ਕਲਾਸ ਤੱਕ ਚੱਲ ਜੂਗੀ, ਅਤੇ ਜਿਹੜੀਆਂ ਫਰਿੱਜ ਆ ਜਾਂ ਜਿਹੜੇ ਫ੍ਰੀਜ਼ਰ ਆ ਉਹ ਹੱਦ ਐੱਫ ਕਲਾਸ ਤੱਕ ਚੱਲ ਜਾਣਗੇ, ਕਿਉਂਕਿ ਜੇ ਤੁਸੀਂ ਫ੍ਰੀਜ਼ਰ ਏ ਕਲਾਸ ਲਓਗੇ ਤੁਹਾਨੂੰ ਰੇਟ ਬਹੁਤ ਜ਼ਿਆਦਾ ਪੈਣਾ ਉਹਦਾ, ਸੋ ਉਹਦੇ ਵਾਸਤੇ ਐੱਫ ਕਲਾਸ ਤੱਕ ਜਿਹੜਾ ਮਨਜ਼ੂਰ ਕਰ ਲੈਣਗੇ, ਅਤੇ ਇਹ ਵਿੱਚ 50% ਜਿਹੜਾ ਇਹ ਤੁਹਾਡਾ ਪੈਸਾ ਵਾਪਸ ਤੁਹਾਨੂੰ ਮਿਲ ਜਾਂਦਾ ਹੁੰਦਾ ਆ। ਜੇ ਤੁਸੀਂ 2022 ਵਿੱਚ ਚੀਜ਼ਾਂ ਲਈਆਂ ਤਾਂ 2022 ਦੇ ਵਿੱਚ ਜਿਹੜਾ ਤੁਹਾਡਾ ਕੈਲਕੂਲੇਸ਼ਨ ਹੈ 10,000 ਯੂਰੋ ਉੱਤੇ ਨਿਕਲਣੀ ਆ, 10,000 ਤੁਹਾਨੂੰ ਵਾਪਸ ਆ ਜਾਣਾ ਪੈਸਾ, 50% ਦੇ ਤਰ੍ਹਾਂ ਸੁਣੀ ਤੁਹਾਡੀ ਹੋਣੀ ਆ। ਇਸ ਸਾਲ ਜਿਹੜਾ 2023 ਵਿੱਚ ਜਿਹੜਾ ਇਹ ਪੈਸਾ ਆ 10 ਤੋਂ ਘਟਾ ਕੇ ਉਹਨਾਂ ਨੇ 8,000 ਕਰ ਦਿੱਤਾ ਆ, ਅਤੇ ਅਗਲੇ ਸਾਲ 2024 ਵਿੱਚ ਜਿਹੜਾ ਹੋਰ ਇਹਦੀ ਲਿਮਿਟ ਘਟਾਉਣੀ ਆ, ਇਹ ਜਿਹੜਾ ਸਿਰਫ 5,000 'ਤੇ ਆ ਜਾਣਾ ਬੋਨਸ। ਅਤੇ ਜਿਨ੍ਹਾਂ ਨੇ 2016 ਵਿੱਚ ਜਿਨ੍ਹਾਂ ਨੇ 2021 ਵਿੱਚ ਖਰੀਦੇ ਉਹਨਾਂ ਦੀ 16,000 ਸੀ ਲਿਮਿਟ। ਜਿੱਦਾਂ ਕਿ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਵੀ ਸਰਕਾਰ ਨੇ ਬੋਨਸ ਸਾਰੇ ਰੱਖੇ ਆ, ਪਰ ਇਹ ਜਿਹੜੇ ਆ ਰੇਟ ਘਟਾਈ ਜਾ ਰਹੇ ਹਰ ਚੀਜ਼ ਦੇ, ਬੋਨਸ ਘੱਟ ਕਰੀ ਜਾ ਰਹੇ ਹੌਲੀ ਹੌਲੀ। ਹੁਣ ਤੁਸੀਂ ਬੋਨਸ ਬਾਰੇ ਇਨਫੋਰਮੇਸ਼ਨ ਲੈਣੀ ਆ, ਤੁਹਾਨੂੰ ਵੀ ਦੱਸ ਦਈਏ ਵੀ ਤੁਸੀਂ ਪੇਮੈਂਟ ਕਿੱਦਾਂ ਕਰਨੀ ਇਸ ਬੋਨਸ ਦੀ। ਤੁਸੀਂ ਚਾਹੁੰਦੇ ਆ ਤੁਸੀਂ ਦੇ ਤਰ੍ਹਾਂ ਸੋਨੀ ਲੈਣੀ ਆ, ਤੁਹਾਨੂੰ ਪੈਸੇ ਵਾਪਸ ਆਉਣ, ਤਾਂ ਤੁਸੀਂ ਜਿਹੜੀ ਪਾਗਾ ਮਿਹਨਤ ਜਿਹੜੀ ਆ ਜਾਂ ਤੁਸੀਂ ਬੋਨੀ ਫਿਕੋ ਕਰੋ ਜਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਨਾਲ ਆਪਣਾ ਪੈਸਾ ਪੇਮੈਂਟ ਕਰੋ। ਤੁਸੀਂ ਕੈਸ਼ ਪੇਮੈਂਟ ਕਰੋਗੇ ਜਾਂ ਤੁਸੀਂ ਅਸੀਨੀਓ ਬੰਕਾਰੀ ਨਾਲ ਪੇਮੈਂਟ ਕਰੋਗੇ, ਫਿਰ ਤੁਹਾਨੂੰ ਇਹ ਬੋਨਸ ਜਿਹੜਾ ਨਹੀਂ ਅਪਲਾਈ ਹੋਣਾ। ਜੇ ਤੁਸੀਂ ਕਿਸ਼ਤਾਂ ਕਰਾਈਆਂ ਆ, ਰਾਤੇ ਕਰਾਏ ਹੋਏ ਆ, ਫਾਈਨੈਂਸਿੰਗ ਤੋਂ ਕਰਾਈ ਹੋਈ ਆ, ਉਹਦੇ ਉੱਤੇ ਵੀ ਜਿਹੜਾ ਅਪਲਾਈ ਹੋ ਜਾਣਾ ਆ। ਅਤੇ ਬਾਕੀ ਇਸ ਤੋਂ ਇਲਾਵਾ ਜੀ ਹੋਰ ਜਿਹੜੇ 2023 ਵਿੱਚ ਬੋਨਸ ਜਿਹੜੇ ਆ ਉਹਦੇ ਵਿੱਚ ਇੱਕ ਸੁਪਰ ਬੋਨਸ ਆਉਂਦਾ ਆ, ਜਿਹੜੇ ਵਿਲੇ ਅਤੇ ਉਨੀ ਫਾਮਿਲੀਆਰੇ ਵਾਲੇ ਆ ਚਿੰਤੂ ਦੇਸ਼ੀ ਪਰਚਿੰਨ ਤੋਂ। ਉਸ ਤੋਂ ਇਲਾਵਾ ਬੋਨਸ ਬੈਨਜ਼ੀਨਾ ਆਉਂਦਾ 200 ਯੂਰੋ ਵਾਲਾ, ਬੋਨਸ ਜਿਹੜੀ ਸਕੌਂਤੋ ਈਵਾ 50% ਉਹ ਵਾਲਾ ਆ, ਕਾਰਤਾ ਕੁਇਸਤੀ ਜਿਹੜਾ ਆ, ਅਤੇ ਇੱਕ ਬਸ ਜਿਹੜਾ ਬੋਨਸ ਸਾਈਕੋਲੋਜੀਕਲ ਜਿਹੜਾ ਆ
ਤੋਂ ਬਾਅਦ ਜੀ ਬਾਕੀ ਆਪਣੇ ਕੁਝ ਸਿਸਟਰ ਦਾ ਕਮੈਂਟ ਸੀਗਾ ਜਿਹਨਾਂ ਵਿੱਚ ਉਹ ਪੁੱਛ ਰਹੇ ਸੀਗੇ ਵੀ ਅਸੀਂ ਇਨਫੋਰਮੇਸ਼ਨ ਚਾਹੀਦੀ ਸਾਨੂੰ ਕੋਰਸ ਦੇ ਉੱਤੇ ਸਕੂਲਾਂ ਦੇ ਉੱਤੇ, ਸੋ ਇਹਦੇ ਬਾਰੇ ਅਸੀਂ ਤੁਹਾਨੂੰ ਇੱਕ ਵੱਖਰੀ ਵੀਡੀਓ ਕਰ ਦੇਵਾਂਗੇ, ਸੋ ਸਾਨੂੰ ਤੁਸੀਂ ਕਮੈਂਟ ਕਰ ਦਿਓ ਨੀਚੇ ਪੂਰੀ ਇਨਫੋਰਮੇਸ਼ਨ ਲਿਖ ਕੇ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ, ਕਿਸ ਟੌਪਿਕ ਦੇ ਉੱਤੇ ਵੀਡੀਓ ਚਾਹੀਦੀ ਆ, ਸੋ ਸਾਡਾ ਦੂਜਾ ਚੈਨਲ ਜਿਹੜਾ ਆ ਉਹਦੇ ਤੋਂ ਇਨਫੋਰਮੇਸ਼ਨ ਦੇ ਦੇਵਾਂਗੇ। ਬਾਕੀ ਜਿਹੜੀ ਇਨਫੋਰਮੇਸ਼ਨ ਮੰਗੀ ਸੀਗੀ ਵੀ ਤੁਸੀਂ ਜੇਕਰ ਕੋਰਸ ਕਰਦੇ ਆ ਸੁਪਰੀਅਰ ਸਕੂਲ ਦੇ ਵਿੱਚ ਤਾਂ ਤੁਸੀਂ ਅੱਗੇ ਕੀ ਕੰਮ ਕਰ ਸਕਦੇ ਆ, ਜਿਹੜਾ ਸਕੂਲ ਆ ਸੁਪਰੀਅਰ ਜਿਸ ਵਕਤ ਇੱਥੇ ਬੱਚਾ ਕਰਦਾ ਆ ਅਤੇ ਉਹ ਇੰਡੀਆ ਦੇ ਹਿਸਾਬ ਨਾਲ 12ਵੀਂ ਕਲਾਸ ਬਣਦੀ ਆ, ਜਿੰਨਾ ਵੀ ਬੱਚੇ ਸੁਪਰੀਅਰ ਕਰਕੇ ਨਿਕਲਦੇ ਆ ਸੋ ਇੰਡੀਆ ਦੇ ਹਿਸਾਬ ਨਾਲ 12 ਕਲਾਸਾਂ ਜਿਹੜੀਆਂ ਕਰਕੇ ਨਿਕਲਦੇ ਆ, ਤੁਹਾਨੂੰ ਡਿਪਲੋਮਾ ਮਿਲਦਾ ਆ 5 ਸਾਲ ਕਰਕੇ। ਇਹ ਡਿਗਰੀ ਜਿਹੜੀ ਆ ਡਿਗਰੀ ਨਹੀਂ ਹੁੰਦੀ, ਇਹ ਡਿਪਲੋਮਾ ਹੁੰਦਾ ਜਿਹੜਾ ਕਿ ਇੰਡੀਆ 'ਚ 12ਵੀਂ ਤੋਂ ਬਾਅਦ ਤੁਹਾਨੂੰ ਮਿਲ ਜਾਂਦਾ। ਅੱਗੇ ਜੇ ਤੁਸੀਂ BA ਕਰਨੀ ਜਾਂ MA ਕਰਨੀ ਆ ਫਿਰ ਤੁਹਾਨੂੰ ਯੂਨੀਵਰਸਿਟੀ ਜਿਹੜੀ ਆ ਜਾਣਾ ਪਵੇਗਾ, ਸੋ ਉਹਦੇ ਵਿੱਚ ਤੁਹਾਨੂੰ ਹੋਰ ਅੱਗੇ 3 ਸਾਲ ਜਾਂ ਫਿਰ ਤੁਸੀਂ ਜੇ 5 ਸਾਲ ਲਾਉਣੇ ਮੈਜਿਸਟਰਾਲੇ ਕਰੋ, 5 ਸਾਲ ਤੋਂ ਬਾਅਦ ਤੁਸੀਂ ਅੱਗੇ PhD ਕਰਨੀ ਹੈ ਤਾਂ PhD ਤੁਸੀਂ ਇੱਕ ਕਰ ਸਕਦੇ ਆ। ਪਿੰਡ ਕਾ ਤੁਹਾਡੇ ਕਿੰਨਾ ਤੁਹਾਡਾ ਫੋਕਸ, ਕਿੰਨੀ ਤੁਹਾਡੀ ਸਟੱਡੀ ਤੁਹਾਨੂੰ ਪਸੰਦ ਆ ਜਾਂ ਨਹੀਂ, ਬਾਕੀ ਜਲਦੀ ਇਹਦੇ ਵਾਸਤੇ ਅਸੀਂ ਹੋਰ ਇਨਫੋਰਮੇਸ਼ਨ ਜਿਹੜੀ ਆ ਲੈ ਕੇ ਆਵਾਂਗੇ। ਲਾਸਟ ਵਿੱਚ ਜਿਹੜਾ ਤਾਂ ਜੇ ਫਰੂਸੀ ਬਾਰੇ ਗੱਲ ਕਰੀਏ ਇਮੀਗ੍ਰੇਸ਼ਨ ਦੇ ਉੱਤੇ, ਅਤੇ ਦੇਖ ਲਓ ਤਾਂ ਫਰੂਸੀ 2023 ਦੇ ਵਾਸਤੇ ਵੀ ਹੁਣ ਤੱਕ ਕੋਈ ਵੀ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਨਹੀਂ ਆਈ ਹੈਗੀ ਨਵੀਂ। ਲਾਸਟ ਵਿੱਚ ਆਪਾਂ ਨੂੰ ਕੁਝ ਸਵਾਲ ਸੀ ਵੀਰਾਂ ਦੇ ਜਿਹਨਾਂ ਨੇ ਪੁੱਛਿਆ ਸੀ, ਭਾਜੀ ਅਸੀਂ ਬੋਨਸ ਟਰਾਂਸਪੋਰਟ ਤੋਂ ਚੈੱਕ ਕੀਤਾ, ਬੋਨਸ ਟਰਾਂਸਪੋਰਟ ਸਾਨੂੰ ਮਿਲ ਨਹੀਂ ਰਿਹਾ ਹੈਗਾ ਹਾਲੇ, ਸੋ ਜਿਹੜਾ ਬੋਨਸ ਟਰਾਂਸਪੋਰਟ ਤੋਂ ਜਿਹੜਾ ਆ ਜੀ ਅੱਜ ਦੁਬਾਰਾ ਜਿਹੜਾ ਆ ਉਹਦੀ ਜਿਹੜੀ ਆ ਰੀਫਾਈਨਾਂਸਿੰਗ ਤੋਂ ਜਿਹੜੀ ਆ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ, ਅਤੇ ਹੁਣ ਤੁਹਾਨੂੰ ਜਿਹੜਾ ਕੁਝ ਦਿਨਾਂ ਵਿੱਚ ਜਿਹੜਾ ਬੋਨਸ ਟਰਾਂਸਪੋਰਟ ਤੋਂ ਮਿਲਣਾ ਸਟਾਰਟ ਹੋ ਜਾਏਗਾ। ਚੇਂਜ ਇਹਦੇ ਵਿੱਚ ਕਰ ਦਿੱਤਾ ਸਰਕਾਰ ਨੇ, ਜਿਹੜੇ ਤੁਹਾਡਾ ਰੈਜੀ ਤੋਂ ਜਿਹੜਾ ਆ 20,000 ਤੋਂ ਥੱਲੇ ਆ ਤੁਹਾਨੂੰ ਇਸ ਵਾਰ ਮਿਲ ਜਾਣਾ ਆ, ਜਦਕਿ ਪਿਛਲੇ ਸਾਲ ਸਾਰਿਆਂ ਨੂੰ ਮਿਲਦਾ ਸੀ ਨਾ ਰੈਜੀ ਤੋਂ 35,000 ਤੋਂ ਥੱਲੇ ਸੀਗਾ। ਇਹ ਕੁਝ ਸਵਾਲ ਸੀ ਤੁਹਾਡੇ ਇਕੱਠੇ ਕਰਕੇ ਆਪਾਂ ਸਾਰਿਆਂ ਦੇ ਕਮੈਂਟ 'ਤੇ ਰਿਪਲਾਈ ਕਰਤੇ ਅਤੇ ਖਬਰਾਂ ਦੇ ਦਿੱਤੀਆਂ ਤੁਹਾਨੂੰ ਅੱਜ ਦੀਆਂ। ਬਾਕੀ ਮਿਲਦੇ ਹੁਣ ਕੱਲ੍ਹ ਦੀਆਂ ਖਬਰਾਂ ਨਾਲ, ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਜੇ ਤੁਹਾਨੂੰ ਸਾਡੇ ਕੰਮ ਚੰਗੇ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ। ਧੰਨਵਾਦ ਜੀ।